one more interesting cue card. Before getting started, please ek var share kar do, subscribe kar do je tusi new ho ta. Te dekhde hain bahut hi easy cue card te bahut inter. Dekho future di jadon vi gall aa jandi hai ki theek hai, te sare cue card easy ho jande, chahe koi dream house hai, chahe koi prize you want to win hai, theek hai. Talk about a prize you want to win. Koi je prize jehda tusi jitna chahunde ho. What prize it is? Prize kehda hai ga te why you want to win? Kyon jitna chahunde ho? Itthe jehdi apa example laavange, ek marathon di hai jehdi ki ek bank dwara organize kita janda har saal November de first week, especially Sunday de utte. ਸੰਡੇ ਠੀਕ ਹੈ, ਫਸਟ ਸੰਡੇ ਨਵੰਬਰ ਦੇ, ਅਤੇ ਆਪਾਂ ਉਹਦੀ ਗੱਲ ਕਰਾਂਗੇ. ਅਤੇ ਤੁਹਾਨੂੰ ਕਿਵੇਂ ਮਤਲਬ ਉਹਨੂੰ ਇੰਸਪੀਰੇਸ਼ਨ ਮਿਲੀ ਵੀ ਲਾਸਟ ਈਅਰ ਕਿਸੇ ਮੇਰੇ ਫਰੈਂਡਸ ਕਿਸੇ ਮੇਰਾ ਵਨ ਆਫ ਮਾਈ ਫਰੈਂਡਸ, ਕਾਫੀ ਸਾਰੇ ਫਰੈਂਡ ਦੇ ਵਿੱਚੋਂ ਇੱਕ, ਹਾਂ ਇੱਥੇ ਪਲੂਰਲ ਲੱਗਦਾ ਹੁੰਦਾ ਕਿ ਜੇ ਆਪਾਂ ਇੱਕ ਕਹਿੰਦੇ ਵਨ ਆਫ ਮਾਈ ਫਰੈਂਡਸ ਐਸ ਲੱਗੂਗਾ, ਠੀਕ ਹੈ. ਅਤੇ ਉਹ ਕਿ ਸੈਕਿੰਡ ਆਇਆ ਸੀਗਾ ਲਾਸਟ ਈਅਰ ਇਸ ਰੇਸ ਦੇ ਵਿੱਚ, ਇਸ ਮੈਰਾਥੋਨ ਦੇ ਵਿੱਚ. ਅਤੇ ਉਹਨੂੰ ਦੇਖ ਕੇ ਮੈਂ ਇੰਸਪਾਇਰ ਹੋਇਆ, ਅਤੇ ਮੈਂ ਵੀ ਕੀ ਹੈ ਰੈਡੀ ਕਰ ਰਿਹਾ ਆਪਣੇ ਆਪ ਨੂੰ. ਅੱਜ ਕੱਲ੍ਹ ਮੈਂ 30 ਕਿਲੋਮੀਟਰ ਕਵਰ ਕਰ ਲੈਂਦਾ ਗਾ 2.5 hours ਦੇ ਵਿੱਚ. ਅਤੇ ਯੈਸ, ਮੈਂ ਹੁਣ ਜਿੱਤਣਾ ਚਾਹੁੰਦਾ ਗਾ ਇਸ ਈਅਰ, ਆਪ ਕਹਿ ਸਕਦੇ ਹੋ ਨੈਕਸਟ ਈਅਰ ਦੇ ਵਿੱਚ, ਠੀਕ ਹੈ. ਜੇ ਨਹੀਂ ਕੀਤਾ ਤਾਂ ਵੀ ਮੈਂ ਅਗਲੇ ਸਾਲ ਜਿੱਤਣਾ ਚਾਹੁੰਦਾ ਇਹ ਪ੍ਰਾਈਜ਼, ਠੀਕ ਹੈ. ਕਿਉਂ ਉਹ ਦੇਖਦੇ ਹਾਂ ਆਪਾਂ. ਐਵਰੀਵਨ ਲਵਸ ਪ੍ਰਾਈਜ਼ਸ, ਵਿਨਿੰਗ ਦੈਮ ਮੇਕਸ ਵਨ ਹੈਪੀ. ਪ੍ਰਾਈਜ਼ਸ ਆਰ ਆਲਸੋ ਮੋਟੀਵੇਟ ਅਸ ਟੂ ਵਰਕ ਹਾਰਡ ਐਂਡ ਪ੍ਰੂਵ ਦ ਫੈਕਟ ਦੈਟ ਹਾਰਡ ਵਰਕ ਇਜ਼ ਦ ਕੀ ਟੂ ਸਕਸੈਸ. ਆਈ ਹੈਵ ਨੋਟ ਵੋਨ ਮੈਨੀ ਪ੍ਰਾਈਜ਼ਸ ਇਨ ਮਾਈ ਲਾਈਫ, ਬਟ ਵਨ ਪ੍ਰਾਈਜ਼ ਆਈ ਵੁੱਡ ਲਾਈਕ ਟੂ ਗੈਟ ਵੁੱਡ ਬੀ ਦ ਫਸਟ ਪ੍ਰਾਈਜ਼ ਇਨ ਮੈਰਾਥੋਨ ਰੇਸ ਵਿਚ ਇਜ਼ ਹੈਲਡ ਐਵਰੀ ਈਅਰ ਇਨ ਮਾਈ ਸਿਟੀ. ਮੈਂ ਕਾਫੀ ਸਾਰੇ ਪ੍ਰਾਈਜ਼ ਤਾਂ ਜਿੱਤੇ ਨਹੀਂ ਹਜੇ ਤੱਕ, ਬਟ ਇੱਕ ਜ਼ਰੂਰ ਜਿੱਤਣਾ ਚਾਹੁੰਦਾ ਗਾ, ਉਹ ਕੀ ਹੈ ਮੈਰਾਥੋਨ ਦੇ ਵਿੱਚੋਂ ਫਸਟ ਪ੍ਰਾਈਜ਼ ਜਿਹੜੇ ਕਿ ਹਰ ਸਾਲ ਸਾਡੇ ਸਿਟੀ ਦੇ ਵਿੱਚ ਔਰਗਨਾਈਜ਼ ਹੁੰਦਾ ਗਾ. ਦ ਰੇਸ ਇਜ਼ ਔਰਗਨਾਈਜ਼ ਬਾਈ ਸਟੈਂਡਰਡ ਚਾਰਟਰਡ ਬੈਂਕ. ਸਟੈਂਡਰਡ ਚਾਰਟਰਡ ਬੈਂਕ ਦੁਆਰਾ ਔਰਗਨਾਈਜ਼ ਕੀਤਾ ਜਾਂਦਾ ਰੇਸ ਜਿਹੜਾ ਮੈਰਾਥੋਨ ਆ. ਇਟ ਇਜ਼ ਹੈਲਡ ਟੂ ਸਪਰੈਡ ਅਵੇਅਰਨੈਸ ਅਬਾਊਟ ਡਿਸੀਜ਼ ਲਾਈਕ ਕੈਂਸਰ ਐਂਡ ਆਲਸੋ ਟੂ ਮੇਕ ਪੀਪਲ ਅਵੇਅਰ ਅਬਾਊਟ ਦ ਬੈਨੀਫਿਟਸ ਆਫ ਹੈਲਥੀ ਲਿਵਿੰਗ, ਠੀਕ ਹੈ. ਇਹ ਜ਼ਿਆਦਾਤਰ ਕਿਉਂ ਕਰ ਜਾਂਦਾ ਡਿਸੀਜ਼ ਨੂੰ ਕੀ ਹੈ, ਲੋਕਾਂ ਨੂੰ ਅਵੇਅਰ ਕਰਨ ਲਈ ਵੀ, ਹਾਂ ਕਾਫੀ ਸਾਰੇ ਡਿਸੀਜ਼ ਆ ਸਟਾਰਟ ਵਰਕਿੰਗ ਆਊਟ, ਠੀਕ ਹੈ. ਅਤੇ ਕਾਫੀ ਸਾਰੇ ਬੈਨੀਫਿਟਸ ਹੈਲਥੀ ਲਿਵਿੰਗ ਦੇ. ਆਲ ਦ ਮਨੀ ਕਲੈਕਟਡ ਫਰੋਮ ਦਿਸ ਰੇਸ ਗੋਜ਼ ਟੂ ਚੈਰਿਟੀ, ਚੈਰਿਟੀ ਨੂੰ ਜਾਂਦੀ ਆ. ਦ ਵਿਨਰ ਆਫ ਦ ਰੇਸ ਗੈਟਸ ਅ ਚੈੱਕ ਆਫ ਰੁਪੀਜ਼ 5,000 ਅਲੋਂਗ ਵਿਦ ਅ ਟਰੋਫੀ, ਮੈਡਲ ਐਂਡ ਅ ਸਰਟੀਫਿਕੇਟ. ਵਿਨਰ ਨੂੰ 5,000 ਰੁਪੀਜ਼ ਮਿਲਦੇ ਨੇ, ਟਰੋਫੀ ਮਿਲਦੀ ਹੈ, ਮੈਡਲ ਮਿਲਦਾ ਅਤੇ ਸਰਟੀਫਿਕੇਟ ਮਿਲਦਾ. ਦ ਵਿਨਰ ਆਲਸੋ ਗੈਟਸ ਅ ਚਾਂਸ ਟੂ ਰੈਪ੍ਰਜੈਂਟ ਦ ਸਿਟੀ ਇਨ ਦ ਅਦਰ ਮੈਰਾਥੋਨ ਰੇਸਿਸ ਹੈਲਡ ਅਕਰੋਸ ਦ ਵਰਲਡ. ਵਿਨਰ ਕੀ ਹੈ, ਹੋਰ ਚਾਂਸ ਵੀ ਮਿਲਦਾ ਉਹਨੂੰ ਅੱਗੇ ਆਪਣੇ ਸਿਟੀ ਨੂੰ ਰੈਪ੍ਰਜੈਂਟ ਕਰਨ ਦਾ, ਠੀਕ ਹੈ. ਵਰਲਡ ਕਿਤੇ ਹੋਰ, ਕੋਈ ਹੋਰ ਆਪਾਂ ਕਹਿੰਦੇ ਹਾਂ ਕੋਈ ਸਟੇਟ ਦੇ ਵਿੱਚ, ਜਾਂ ਫਿਰ ਠੀਕ ਹੈ ਅੱਗੇ ਕੋਈ ਹੋਰ ਉਹਦੇ ਵਿੱਚ ਆਪਣੇ ਲੈਵਲ 'ਤੇ. ਐਵਰੀ ਈਅਰ ਆਲਮੋਸਟ 10,000 ਪੀਪਲ ਫਰੋਮ ਆਊਟ ਸਿਟੀ ਪਾਰਟੀਸਪੇਟ ਇਨ ਦਿਸ ਰੇਸ. ਦ ਰੇਸ ਇਜ਼ ਹੈਲਡ ਇਨ ਦ ਫਸਟ ਵੀਕ ਆਫ ਨਵੰਬਰ, ਨਾਰਮਲੀ ਦ ਫਸਟ ਸੰਡੇ. ਲਾਸਟ ਈਅਰ ਵਨ ਆਫ ਮਾਈ ਬੈਸਟ ਫਰੈਂਡਸ ਵੌਨ ਦ ਸੈਕਿੰਡ ਪ੍ਰਾਈਜ਼ ਇਨ ਦ ਰੇਸ. ਲਾਸਟ ਈਅਰ ਮੇਰਾ ਫਰੈਂਡ ਕੀ ਹੈ ਸੈਕਿੰਡ ਆਇਆ ਸੀ ਰੇਸ ਦੇ ਵਿੱਚ. ਹੀ ਫਿਨਿਸ਼ ਦ ਡਿਸਟੈਂਸ ਆਫ 42 kilometers ਇਨ ਅਪਰੋਕਸੀਮੇਟਲੀ 3 hours. 3 ਘੰਟੇ ਦੇ ਵਿੱਚ 42 kilometers ਉਹਨੇ ਕਵਰ ਕਰ ਲਏ ਸੀਗੇ. ਆਫਟਰ ਸੀਂਗ ਹਿਮ, ਉਹਨੂੰ ਦੇਖ ਕੇ ਕੀ ਹੋਇਆ, ਆਫਟਰ ਸੀਂਗ ਹਿਮ ਗੈਟ ਦ ਸੈਕਿੰਡ ਪ੍ਰਾਈਜ਼, ਉਹਨੂੰ ਸੈਕਿੰਡ ਪ੍ਰਾਈਜ਼ ਲੈਂਦੇ ਹੋਏ ਮੈਂ ਕੀ ਦੇਖਿਆ, ਆਈ ਫੈਲਟ ਮੋਟੀਵੇਟਡ ਟੂ ਪਾਰਟੀਸਪੇਟ ਇਨ ਦ ਰੇਸ. ਮੈਂ ਕਿ ਮੋਟੀਵੇਟ ਹੋਇਆ ਰੇਸ ਦੇ ਵਿੱਚ ਪਾਰਟੀਸਪੇਟ ਕਰਨ ਲਈ. ਆਈ ਐਮ ਨੋਟ ਅ ਪ੍ਰੋਫੈਸ਼ਨਲ ਰਨਰ, ਬਟ ਸਿੰਸ ਦੈਨ ਆਈ ਹੈਵ ਸਟਾਰਟਡ ਰਨਿੰਗ. ਨਾਓ ਡੇਜ਼ ਆਈ ਕੈਨ ਰਨ 30 kilometers ਇਨ ਅਪਰੋਕਸੀਮੇਟਲੀ 2.5 hours, ਐਂਡ ਆਈ ਐਮ ਵਰਕਿੰਗ ਔਨ ਇੰਪਰੂਵਿੰਗ ਮਾਈ ਟਾਈਮ. ਹੋਪਫੁਲੀ ਆਈ ਵਿਲ ਬੀ ਰੈਡੀ ਬਾਈ ਨਵੰਬਰ. ਹੋਪਫੁਲੀ ਕੀ ਹੈ, ਮੈਂ ਜਿਹੜਾ ਕਰ ਰਿਹਾ ਮਿਹਨਤ, ਮੈਂ ਨਵੰਬਰ ਤੱਕ ਰੈਡੀ ਹੋ ਜਾਊਂਗਾ. ਪ੍ਰਪੇਅਰਿੰਗ ਫੋਰ ਦਿਸ ਰੇਸ ਹੈਜ਼ ਮੇਡ ਮੀ ਹੈਲਥੀ, ਐਂਡ ਆਈ ਹੈਵ ਆਲਸੋ ਲਰਨਡ ਅ ਲੋਟ ਫਰੋਮ ਰਨਿੰਗ. ਹੈਲਥੀ ਵੀ ਬਣ ਜਾਊਂਗਾ ਮੈਂ, ਠੀਕ ਹੈ, ਹੋ ਜਾਊਂਗਾ. ਅਤੇ ਕੀ ਹੈ, ਕਾਫੀ ਕੁਛ ਮੈਂ ਸਿੱਖੂੰਗਾ ਰਨਿੰਗ ਤੋਂ. ਇਫ ਆਈ ਡੂ ਨੋਟ ਵਿਨ ਦਿਸ ਈਅਰ, ਆਈ ਵਿਲ ਕੀਪ ਟਰਾਇੰਗ ਅੰਟਿਲ ਆਈ ਵਿਨ ਦਾ ਪ੍ਰਾਈਜ਼. ਜੇ ਇਸ ਸਾਲ ਵੀ ਨਾ ਜਿੱਤੇ ਤਾਂ ਮੈਂ ਅਗਲੇ ਸਾਲ ਜ਼ਰੂਰ ਜਿੱਤੂੰਗਾ. ਐਂਡ ਪਲੀਜ਼, ਵਨ ਲਾਸਟ ਰਿਕੁਐਸਟ, ਪਲੀਜ਼ ਸ਼ੇਅਰ ਕਰ ਦਿਓ ਆਪਣੇ ਜਿੰਨੇ ਵੀ ਫਰੈਂਡਸ ਨਾਲ, ਕਿਉਂਕਿ ਨਿਊ ਕਿਊ ਕਾਰਡਸ ਵੀ ਆ ਚੁੱਕੇ, ਤੁਹਾਨੂੰ ਪਤਾ ਹੀ ਹੈ, ਸਾਰੇ 25 ਨੇ. ਅਤੇ ਕੱਲ੍ਹ ਤੱਕ ਫਿਨਿਸ਼ ਹੋ ਜਾਣਗੇ ਸਾਰੇ ਜਿੰਨੇ ਵੀ ਆਪਣੇ ਮਤਲਬ ਯੂਟਿਊਬ ਦੇ ਉੱਤੇ ਮੇਰੇ ਵਾਲੇ ਚੈਨਲ ਦੇ ਉੱਪਰ ਸਾਰੇ ਦੇ ਸਾਰੇ ਆ ਜਾਣਗੇ. ਜਿੰਨਾ ਹੋ ਸਕੇ ਉਨਾ ਸ਼ੇਅਰ ਕਰ ਦਿਓ. ਦਿਸ ਇਜ਼ ਅ ਰਿਕੁਐਸਟ. ਥੈਂਕ ਯੂ ਸੋ ਮਚ.